ਸਾਡੇ ਖੇਤਾਂ ਦੇ ਵਿੱਚ ਹਰ ਚੀਜ਼ ਹੈਗੀ ਆ। ਅਗਰ ਤੁਸੀਂ ਔਰਗੈਨਿਕ ਨੈਚੁਰਲ ਕਾਸ਼ਤਕਾਰੀ ਕਰਨੀ ਹੈ ਨਾ, ਉਹ ਤੁਸੀਂ ਸਾਰਾ ਕੁਝ ਆਪਣਾ ਕਰ ਸਕਦੇ ਹੋ। ਆ ਬੇਲਣਾ, ਪਿਛਲੇ ਜ਼ਮਾਨੇ ਜਦੋਂ ਬੇਲਣਾ ਸਾਡੇ ਸੀ, ਉਹ ਹੁਣ ਵੀ ਕਾਫੀ ਲੋਕ ਜਿਹੜੇ ਆ ਉਹ ਰਹੀਮ ਜਾਲ ਖਾਂ ਇੱਧਰ ਬਹਾਵਲ ਨਗਰ ਫੋਟਾਬਾਦ ਸਾਹਿਬ ਇਹ ਬੇਲਣੇ ਲੋਕਾਂ ਨੇ ਲਾਏ ਹੋਏ ਆ। ਇਹ ਬੇਲਣੇ ਦਾ ਨਾਲ ਬੜਾ ਬੜਾ ਫਾਇਦਾ ਹੋ ਸਕਦਾ ਹਰ ਜ਼ਿਮੀਦਾਰ ਨੂੰ। ਇੱਕ ਦੁਹਾੜਾ ਕਿੱਲਾ ਇਹ ਕਮਾਦ ਲਾਉਣਾ ਚਾਹੀਦਾ, ਇਹ ਕਮਾਦ ਦਾ ਬੜਾ ਫਾਇਦਾ ਵਾ। ਗੁੜ ਘਰ ਤੋਂ ਤੁਹਾਡੇ ਖਾਣ ਦਾ ਹੋ ਜਾਏਗਾ। ਦੂਸਰਾ ਆ ਉੱਤੋਂ ਜਿਹੜੀ ਮੈਲ ਲਾਉਂਦੇ ਆ, ਉੱਤੋਂ ਮੈਲ ਲਿਖਦੀ ਆ, ਇਹਦੇ ਨਾਲ ਵੈਸਟ ਡੀਕੰਪੋਜ਼ਰ ਬੜਾ ਬਿਹਤਰੀਨ ਬਣਦਾ। ਇਹਦੇ ਨਾਲ ਜਿਹੜਾ ਆ ਵਰਮਿੰਗ ਕੰਪੋਜ ਜਿਹੜੀ ਦੇਸੀ ਖਾਦ ਬਣਾਉਂਦੇ ਹਾਂ ਗੋਹੇ ਦੀ, ਉਹ ਬੜੀ ਬਿਹਤਰੀਨ ਬਣਦੀ ਆ। ਇਹ ਜਿਹੜਾ ਕੰਮ ਆ ਇਹ ਵੀ ਬਹੁਤ ਬਿਹਤਰੀਨ ਹੈਗਾ, ਅਤੇ ਇਹ ਥੋੜ੍ਹਾ ਬਹੁਤਾ ਕਮਾਦ ਹਰ ਜ਼ਿਮੀਦਾਰ ਨੂੰ ਲਾਉਣਾ ਚਾਹੀਦਾ, ਇਹਦੇ ਨਾਲ ਬੜਾ ਸਭ ਫਾਇਦਾ ਹੋ ਜਾਂਦਾ। ਜਿਹੜੀ ਨਾ ਜਿਹੜੀ ਕਾਸ਼ਤਕਾਰੀ ਆ ਜ਼ਿਮੀਦਾਰ ਆ, ਉਹਦੇ ਨਾਲ ਸਾਫ ਸੁਥਰਾ ਨਹੀਂ ਬੰਦਾ ਰਹਿ ਸਕਦਾ, ਉਹਨੂੰ ਖੇਤ ਵਿੱਚ ਰਹਿਣਾ ਪੈਂਦਾ ਹਰ ਵੇਲੇ। ਜਿਹੜੇ ਲੋਕ ਆਪਣੇ ਖੇਤਾਂ ਦੇ ਵਿੱਚ ਰਹਿੰਦੇ ਆ, ਉਹ ਕਮਾਈ ਵੀ ਉਹੀ ਕਰਦੇ ਆ, ਉਹਨਾਂ ਦੀਆਂ ਜ਼ਮੀਨਾਂ ਬਰਬਾਦ ਨਹੀਂ ਹੁੰਦੀਆਂ। ਜਿਹੜੇ ਦੋਸਤ ਜਾ ਕੇ ਸ਼ਹਿਰ ਜਾ ਕੇ ਚਾਹ ਪੀਂਦੇ ਆ ਜਾਂ ਕਚਹਿਰੀਆਂ ਵਿੱਚ ਦਿਹਾੜੀ 'ਚ ਲਾਜ਼ਮੀ ਚੱਕਰ ਲਾਉਂਦੇ ਆ, ਉਹ ਜ਼ਮੀਨਾਂ ਉਹਨਾਂ ਦੀਆਂ ਬਰਬਾਦ ਹੁੰਦੀਆਂ। ਇਹ ਫਸਲ ਇੱਦਾਂ ਦੀ ਆ, ਇਹ ਖੇਤ ਦੇ ਵਿੱਚ ਰਹਿਣਾ ਪੈਂਦਾ। ਖੇਤ ਦੇ ਵਿੱਚ ਰਹੋਗੇ ਤਾਂ ਤੁਹਾਨੂੰ ਕਦੀ ਘਾਟਾ ਨਹੀਂ ਪੈਣ ਲੱਗਾ, ਅਗਰ ਤੁਸੀਂ ਸ਼ਹਿਰਾਂ 'ਚ ਰਹੋਗੇ ਤਾਂ ਫਿਰ ਘਾਟਾ ਹੀ ਘਾਟਾ। ਜਿਹੜੇ ਲੋਕ ਖੇਤਾਂ 'ਚ ਰਹਿੰਦੇ ਆ ਪੈਸਾ ਕਮਾਉਂਦੇ ਆ। ਦੂਸਰੀ ਗੱਲ ਹੈ ਕਿ ਔਰਗੈਨਿਕ ਜਿਹੜੀ ਕਾਸ਼ਤਕਾਰੀ ਆ ਉਹ ਬੜੀ ਆਸਾਨ ਆ ਅਗਰ ਉਹਨੂੰ ਸਮਝੇ ਤਾਂ। ਕਾਸ਼ਤਕਾਰੀ ਔਰਗੈਨਿਕ ਉਹੀ ਕਰ ਸਕਦਾ ਜਿਹੜਾ ਖੇਤਾਂ ਵਿੱਚ ਰਹਿੰਦਾ, ਜਿਹਨੇ ਜਾ ਕੇ ਸ਼ਹਿਰਾਂ ਵਿੱਚ ਸੂਟ ਬੂਟ ਪਾਇਆ ਅਤੇ ਉਹ ਸ਼ਹਿਰ ਚਲਾ ਗਿਆ, ਸ਼ਹਿਰ ਕਿਸੇ ਕੋਲ ਉਹਦੇ ਕੋਲ ਬੈਠ, ਕਿਤੇ ਉਹਦੇ ਕੋਲ ਬੈਠ, ਚਾਰ ਪੰਜ ਸਿਆਸਤ ਦੀਆਂ ਗੱਲਾਂ ਕੀਤੀਆਂ ਅਤੇ ਚਲੋ ਦਿਹਾੜੀ ਬੰਨੇ ਹੋਈ ਅਤੇ ਸ਼ਾਮ ਨੂੰ ਘਰ ਆ ਗਏ। ਉਹਨਾਂ ਨੂੰ ਇੱਦਾਂ ਹੀ ਪਰੇਸ਼ਾਨੀਆਂ ਫਿਰ ਰਹਿੰਦੀਆਂ ਅਤੇ ਉਹ ਫਸਲਾਂ ਕੋਈ ਹੁੰਦੀਆਂ ਨਹੀਂ ਚਾਹੀਦੀਆਂ, ਔਰ ਉੱਥੋਂ ਬਾਜ਼ਾਰੋਂ ਖਾਦ ਲਈ ਅਤੇ ਉਹ ਵਿੱਚ ਆਪਣੇ ਖੇਤਾਂ 'ਚ ਪਾ ਦਿੱਤੀ, ਉਹ ਜ਼ਮੀਨ ਸਖਤ ਹੁੰਦੀ ਗਈ ਹੁੰਦੀ ਗਈ, ਉਹ ਅਖੀਰ ਉਹ ਫਸਲ ਦੇ ਨੂੰ ਹਟ ਜਾਂਦੀ ਹੈ ਜ਼ਮੀਨ। ਫਿਰ ਜੀ ਉਹ ਕੜ ਤੋੜੋ ਜੀ, ਆਹ ਕਰੋ ਜੀ, ਆਹ ਕਰੋ। ਉਹ ਜੇ ਇਹੀ ਜੇ ਔਰਗੈਨਿਕ ਆਪਣੀ ਕਾਸ਼ਤਕਾਰੀ ਕਰੇਗਾ ਤਾਂ ਉਹਦੀ ਜ਼ਮੀਨ ਵੀ ਨਰਮ ਰਹੇਗੀ, ਉਹਦੀ ਆਮਦਨ ਵੀ ਜ਼ਿਆਦਾ ਹੋਏਗੀ। ਉਹਦੇ ਨਾਲ ਜੋ ਮਰਜ਼ੀ ਦੂਜਾ ਬੇਲਣਾ ਲਾ ਲਓ ਅਤੇ ਗੁੜ ਬਣਾਓ ਮੰਡੀ ਵੇਚੋ, ਸਬਜ਼ੀਆਂ ਲਾਓ ਮੰਡੀ ਵੇਚੋ, ਰੋਜ਼ ਪੈਸੇ ਆਉਂਦੇ ਆ। ਇੱਕ ਇੱਕ ਕਿੱਲੇ ਦੇ ਵਿੱਚ 10-10 ਸਬਜ਼ੀਆਂ ਲੱਗ ਜਾਂਦੀਆਂ, ਇੱਕ ਇੱਕ ਕਿੱਲਾ ਉਹਦੇ ਵਿੱਚ ਜਿੱਦਾਂ ਦੀ ਮਰਜ਼ੀ ਸਬਜ਼ੀ ਲਾ ਲਓ। ਉਹ ਜਿਹੜੇ ਸਬਜ਼ੀਆਂ ਲਾਉਂਦੇ ਆ ਉਹ ਰਾਤ ਨੂੰ 2 ਵਜੇ ਉੱਠ ਕੇ ਆਪਣੇ ਖੇਤਾਂ 'ਚ ਜਾਂਦੇ ਆ, ਸਵੇਰ ਨੂੰ ਪਾਲਕ ਵੱਢੀ, ਧਨੀਆ ਵੱਢਿਆ, ਸਬਜ਼ੀ ਤੋੜੀ, ਉਹ 8-9 ਵਜੇ ਮੰਡੀ, ਉਹ ਪੈਸੇ ਤਾਜ਼ੇ ਪੈਸੇ ਕੋਲ ਆਉਂਦੇ ਆ। ਅਤੇ ਜਿਹੜੇ ਦੋਸਤ ਸਵੇਰੇ ਉੱਠਦੇ ਆ, ਲੱਸੀ ਪਾਣੀ ਚਾਹ ਪੀਤੀ ਅਤੇ ਉਹ ਮੰਡੀ ਸ਼ਹਿਰ ਕਚਹਿਰੀਆਂ 'ਚ, ਉਹ ਉਹਨਾਂ ਦੇ ਪਿੱਛੇ ਫਸਲਾਂ ਕੀ ਹੋਣੀਆਂ। ਅਤੇ ਜਿਹਨਾਂ ਨੇ ਫਸਲਾਂ ਬੀਜਣੀਆਂ
ਜਿਹਨਾਂ ਨੇ ਕੰਮ ਕਰਨੇ ਉਹਨਾਂ ਦੇ ਘਰ ਪੈਸੇ ਵੀ ਨਹੀਂ ਮੁੱਕਦੇ, ਉਹ ਕਰਜ਼ੇ ਵੀ ਨਹੀਂ ਚੁੱਕਦੇ, ਬੈਂਕਾਂ 'ਚ ਕਦੀ ਨਹੀਂ ਜਾਂਦੇ। ਅਤੇ ਇਹ ਦੋਸਤੋ ਇਹਦੇ ਤਵੱਜੋ ਦਿਓ, ਜਿਹੜੇ ਜ਼ਿਮੀਦਾਰ ਮੇਰੇ ਦੋਸਤ ਜ਼ਿਮੀਦਾਰਾਂ ਕਰਦੇ ਨਾ, ਉਹ ਆਪਣੀ ਜ਼ਮੀਨ ਨਾਲ ਤਵੱਜੋ ਦਿਓ। ਬੀ ਜਿਹੜੇ ਉਹ ਆਪਣੇ ਬਣਾਓ, ਸਬਜ਼ੀਆਂ ਦੇ ਬੀ ਹੋ, ਜਿਹੜੀ ਵੀ ਫਸਲਾਂ ਤੁਸੀਂ ਲਾਉਂਦੇ ਹੋ ਉਹ ਉਹਨਾਂ ਦੇ ਆਪਣੇ ਬੀ ਬਣਾਓ, ਆਪਣੀ ਖਾਦ ਬਣਾਓ, ਆਪਣੀ ਸਪਰੇਅ ਬਣਾਓ। ਹੁਣ ਤਾਂ ਬਹੁਤ ਬਹੁਤ ਜਿਹੜੇ ਨਾ ਉਹ ਵਸਾਇਲ ਪਾਕਿਸਤਾਨ ਦੇ ਵਿੱਚ ਹੀ ਹੈਗੇ ਆ। ਕਈਆਂ ਦੋਸਤਾਂ ਨੇ ਚੈਨਲ ਬਣਾਏ ਹੋਏ ਆ, ਕਈਆਂ ਦੋਸਤ ਉਹ ਗਰੁੱਪ ਬਣਾਏ ਹੋਏ ਆ, ਉਹਦੇ ਵਿੱਚ ਇੱਦਾਂ ਦੀਆਂ ਰੰਗ ਬਰੰਗੀਆਂ ਗੱਲਾਂ ਦੱਸਦੇ ਆ, ਅਤੇ ਉਹਨਾਂ 'ਚ ਉਹਨਾਂ ਇਹਨਾਂ ਗੱਲਾਂ ਤੋਂ ਫਾਇਦਾ ਉਠਾਓ, ਆਪਣੀ ਫਸਲਾਂ ਚੰਗੀਆਂ ਉਗਾਓ, ਸਬਜ਼ੀਆਂ ਐਸੀਆਂ ਲਾਓ ਵੀ ਜਿਹੜੀ ਉਹ ਤੁਹਾਨੂੰ ਆਮਦਨ ਦਿੰਦੀਆਂ ਰਹਿਣ। ਕਦੀ ਜਿਹੜੇ ਜ਼ਿਮੀਦਾਰ ਆ ਉਹ ਮੁੱਲ 'ਚ ਹੀ ਨਹੀਂ ਲੈਂਦੇ ਹੁੰਦੇ, ਅਸੀਂ ਡਾਂਡੇ ਘੇਰੇ ਮਗਰ ਪੈ ਰਹੇ ਅਤੇ 36 ਬਿਮਾਰੀਆਂ ਸਾਨੂੰ ਲੱਗ ਗਈਆਂ। ਅਸੀਂ ਉਹ ਆਪਣਾ ਜਿਹੜਾ ਵਾ ਸਾੜਾ ਕੁਛ ਛੱਡਤਾ ਅਤੇ ਇਹ ਸਾਨੂੰ ਬਿਮਾਰੀਆਂ ਇਸੇ 'ਤੇ ਲੱਗੀਆਂ। ਇਹ ਆਪਣਾ ਜਿਹੜਾ ਵਾ ਚੀਨੀ, ਇਹਨੂੰ ਦਫਾ ਕਰੋ, ਚੀਨੀ ਵੀ ਇੱਕ ਮਿੱਠੀ ਜ਼ਹਿਰ ਆ। ਆਹ ਗੁੜ ਬਣਾਓ, ਕੋਈ ਆਪਣਾ ਆਪਣੇ ਜੋਗਾ ਉੱਥੇ ਕਮਾਦ ਲਾ ਲਿਆ, ਆਪਣੇ ਜੋਗੇ ਸਬਜ਼ੀ ਲਾ ਲਈ, ਜੇ ਅਗਰ ਨਹੀਂ ਕਮਰਸ਼ਲ ਤੌਰ 'ਤੇ ਨਹੀਂ ਕਰਦੇ ਵੀ ਆਪਣੇ ਲੈ ਕੇ ਲਾ ਕੇ ਵੀ ਨਾਲੇ ਮੰਡੀ 'ਚ ਕਮ ਦਿਓ ਅਤੇ ਨਾਲੇ ਆਪਣੇ ਆਂਢ ਗੁਆਂਢ ਵੀ ਦਿਓ, ਨਾਲੇ ਆਪ ਵੀ ਖਾਓ। ਕਿਹੜੀ ਚੀਜ਼ ਦੀ ਜਿਹੜੀ ਕੋਈ ਜ਼ਮੀਨ ਹੈਗੀ ਆ ਉਹ ਜ਼ਰੂਰ ਆਪਣੀ ਸਬਜ਼ੀ ਲਾਵੇ, ਆਪਣੀ ਸਬਜ਼ੀ ਲਾ ਕੇ ਅਤੇ ਉਹ ਕਰ ਸਕਦਾ। ਦੂਸਰੀ ਗੱਲ ਹੈ ਕਿ ਜਿਹੜੇ ਪਿੰਡਾਂ ਥਾਵਾਂ ਦੇ ਵਿੱਚ ਲੋਕ ਰਹਿੰਦੇ ਆ, ਚਲੋ ਸ਼ਹਿਰਾਂ ਵਾਲੇ ਤਾਂ ਬਾਹੂ ਲੋਕ ਆ, ਉਹਨਾਂ ਤੋਂ ਛੱਡੋ, ਜਿਹੜੇ ਪਿੰਡਾਂ ਥਾਵਾਂ 'ਚ ਰਹਿੰਦੇ ਆ ਉਹ ਆਪਣੇ ਵਿਹੜਿਆਂ ਦੇ ਵਿੱਚ ਸਬਜ਼ੀਆਂ ਲਾ ਸਕਦੇ ਆ। ਆਹ ਹੁਣ ਮੌਸਮ ਆ ਸਬਜ਼ੀ ਲਾਉਣ ਦਾ, ਆਪਣੇ ਵਿਹੜੇ ਵਿੱਚ ਸਬਜ਼ੀ ਲਾਓ, ਆ ਟਮਾਟਰ, ਬਤਾਊਂ, ਇੱਦਾਂ ਦੇ ਕੱਦੂ, ਇਹ ਮਤਲਬ ਥੋੜ੍ਹਾ ਧਨੀਆ, ਪੂਤਨਾ, ਇਹ ਨਾਲੇ ਸਵੇਰੇ ਉੱਠ ਕੇ ਪਾਣੀ ਲਾਇਆ, ਜਿਹੜੀ ਘਰ ਦੇ ਵਿੱਚ ਹਰਿਆਲੀ ਹੁੰਦੀ ਨਾ ਉਹ ਅੱਖਾਂ ਵਾਸਤੇ ਬੜੀ ਚੰਗੀ ਚੀਜ਼ ਆ, ਸਵੇਰੇ ਉੱਠਦੇ ਨੂੰ ਹਰਿਆਲੀ ਹੁੰਦੀ ਆ। ਅਤੇ ਇਹ ਆਪਣੇ ਘਰਾਂ ਦੇ ਵਿੱਚ ਕੋਠਿਆਂ ਦੇ ਉੱਤੇ ਗਰੋਹ ਬੈਗ ਲੱਭ ਜਾਂਦੇ ਹੁਣ, ਗਮਲੇ ਅੱਗੇ ਤਾਂ ਮਿੱਟੀ ਦੇ ਗਮਲੇ ਲਿਆਉਂਦੇ, ਹੁਣ ਗਰੋਹ ਬੈਗ ਲੱਭਦੇ ਹੁੰਦੇ ਕੱਪੜਿਆਂ ਦੇ ਬਣੇ ਬਣੇ, ਉਹ ਨਾਲੇ ਗਮਲੇ ਨਾਲ ਸਸਤਾ ਵਾ, ਅਤੇ ਉਹ ਲੱਭ ਜਾਂਦਾ, ਉਹ ਲੈ ਕੇ ਆਪਣੇ ਲਾਓ, ਸਬਜ਼ੀਆਂ ਲਾਓ ਥੋੜ੍ਹੀ ਬਹੁਤੀਆਂ ਕੋਠੇ ਦੇ ਨਾਲ। ਦੇਖੋ ਘਰ ਜਿਹੜੀਆਂ ਔਰਤਾਂ ਹੁੰਦੀਆਂ ਨਾ ਉਹ ਇੱਦਾਂ ਦੇ ਚਲੋ ਕੰਮ ਕੁੰਮ ਕਰਦੀਆਂ ਰਹਿੰਦੀਆਂ ਅਤੇ ਉਹ ਉਹਨਾਂ ਦੇ ਗੋਡੇ ਗਾਡੇ ਫਿਰ ਘੱਟ ਹੀ ਦੁਖਦੇ ਹੁੰਦੇ ਆ। ਜਦੋਂ ਆਪਣਾ ਕੰਮ ਕਰ ਇੱਦਾਂ ਦੇ ਸਬਜ਼ੀ ਨੂੰ ਪਾਣੀ ਲਾਇਆ ਅਤੇ ਉਹ ਕੁਝ ਸਵੇਰ ਨੂੰ ਉੱਠ ਕੇ ਗੋਡੀ ਕੀਤੀ, ਉਹ ਆਪਣਾ ਨਾਲ ਕੋਈ ਤੋੜੀ, ਕੁਝ ਧਨੀਆ ਤੋੜ ਕੇ, ਆਪਣਾ ਤਾਜ਼ਾ ਧਨੀਆ ਤੋੜ ਕੇ, ਤਾਜ਼ਾ ਲਸਣ ਤੋੜ ਕੇ, ਤਾਜ਼ਾ ਪਿਆਜ਼ ਤੋੜ ਕੇ ਸਾਗ ਤੁੜਕਾ ਲਾਇਆ, ਅਤੇ ਇਹ ਜਵਾਰ ਦੀ ਰੋਟੀ, ਮੱਖਣ, ਇਹ ਸਾਰਾ ਕੁਝ ਸਾਡਾ ਦੇਸੀ ਕੰਮ ਸੀਗਾ, ਉਹਨੂੰ ਅਸੀਂ ਛੱਡਤਾ, ਛੱਡ ਕੇ ਕੌਣ ਪਛਤਾਉਂਦਾ, ਆਪ ਹੀ ਪਛਤਾਉਂਦੇ ਹਾਂ। ਸਾਨੂੰ ਦੇਖੋ ਅਕਸਰ ਔਰਤਾਂ ਨੂੰ ਬਲੱਡ ਪ੍ਰੈਸ਼ਰ ਦੀ ਬਿਮਾਰੀ ਹੈ, ਡਾਕਟਰ ਦੇ ਚਲ ਜਾਓ ਸਭ ਤੋਂ ਜ਼ਿਆਦਾ ਔਰਤਾਂ ਹੀ ਹੁੰਦੀਆਂ। ਇਹ ਚੀਜ਼ਾਂ ਅਸੀਂ ਆਪ ਖਰੀਦੀਆਂ ਹੀ ਹਾਂ, ਆਪ ਖਰੀਦੀਆਂ ਅਸੀਂ, ਇਹ ਆਪਣਾ ਜਿਹੜਾ ਕਿਚਨ ਦਾ ਕੰਮ ਆ ਇਹ ਅਸੀਂ ਛੱਡਤਾ, ਅਸੀਂ ਅਜੇ ਸ਼ਾਰਟਕੱਟ ਰਸਤੇ 'ਤੇ ਪੈ ਗਏ। ਉਹ ਜਿਹੜੇ ਲੋਕ ਜਿਹੜੇ ਯੂਰਪੀ ਜਿਹੜੇ ਇਸ ਕੰਮ 'ਤੇ ਜਿਹਦੇ ਨਾਲ ਦੇਖ ਕੇ ਅਸੀਂ ਕਰ ਲੈਗੇ, ਉਹ ਤਾਂ ਇੱਧਰੋਂ ਹਟ ਗਏ, ਅਸੀਂ ਹਟ ਛੱਡਦੇ ਹੀ ਨਹੀਂ ਇਹਨੂੰ। ਅਤੇ ਇਹ ਦੋਸਤੋ ਇਹ ਔਰਗੈਨਿਕ ਵਾਲੀ ਕਾਸ਼ਤਕਾਰੀ ਕਰਨੀ ਸ਼ੁਰੂ ਕਰੋ, ਔਰਗੈਨਿਕ ਦੇ ਨਾ ਤੁਹਾਨੂੰ ਪੈਸੇ ਬਚਦੇ ਨਾ ਅਤੇ ਆਪਣੀਆਂ ਫਸਲਾਂ ਵੀ ਬਚਦੀਆਂ ਵਾ, ਆਪਣੀ ਸਿਹਤ ਵੀ ਬਚਦੀ ਹੈ। ਖੁਦਾ ਹਾਫਿਜ਼।